विदेश भेजण के नाम से ठगियां मारन वाले ठग एजेंट चढ़े सीएम मान दे अड़िके। देखो की बन गया वड्डा प्लैन ते किवें कीते जाणगे ये सारे काबू। चक दे टीवी दे नाल तुसीं जुड़ चुके हो प्यार भरी सत श्री अकाल, मैं हाँ सुखबीर सिंह शिरगल। बहुत वड्डियां खबरां इस बाबत नशर होंदियां ने कि विदेशां दे विच साडे नौजवानां दे वल्लों पहुंचिया जांदा है अपने भविख नूं उज्जवल करन दे लई, अपने आने वाले समय नूं बेहतर बनाउण दे लई। पर कुछ क देश अजिहे ने जिथे नौजवानों के वलों जाया तो जाता है पर उत्थे फस के रह जाते हैं, अपने गुजर बसर दे लई भी बहुत निमाणी जिंदगी जीण दे लई मजबूर हो जाते हैं ये नौजवान। तो इत्थे यही नहीं, बहुत सारिया लड़कियां जिहड़ियां ने पंजाब दीआं धीआं जिहड़ियां ने उहनां दे वल्लों भी खास तौर दे उपर खाड़ी देशां दे विच पहुँचण की कोशिश की जाती है। जदों उत्थे पहुँच जांदे ने तां एजेंटां दे वल्लों अपनी ठगी का शिकार इन्हां नूं बना लिया जांदा है, बेच दिता जांदा है उहनां तमाम लोगों नूं जिन्हां दे वल्लों वड्डे पद्धर दे उपर फिर इन्हां नौजवानों के उपर तशद्द हटाया जांदा है। सो इस दे उपर सीएम मान दे वल्लों आ जिहड़ी है वड्डी गल आखी गई है, तो वड्डी आखी गई गल दे विच उहनां दे वल्लों खाड़ी देशों विच ना जाण की अपील जिहड़ी है वो नौजवानों नूं कीती गई है। बहुत सारिया लड़कियों के नाल अणसुखावियां घटनावां वापर जांदियां ने जिन्हां विचों बहुत सारियां नूं विदेशां चों पंजाब वापस भी लिया गया है। अजिहा सीएम मान दे वल्लों कहा गया, उन्होंने कहा कि जदों मैं मैंबर पार्लीमेंट सी तां उस वक्त भी वड्डे पद्धर दे उपर कार्रवाइयां चलाईयां गईयां। सो इस सब दे चलदियां सीएम मान दे वल्लों उन्हां तमाम एजेंटां उत्ते शिकंजा कसण की तैयारी की जा रही है जिन्हां दे वल्लों मासूम नौजवान पीढ़ी नूं वरगड़ा के विदेशों च भेजा जांदा है ते बाद विच ਉਹ ਉੱਥੇ ਜਾ ਕੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਨੇ। ਸੀਐਮ ਮਾਨ ਦੇ ਵੱਲੋਂ ਇਹ ਸਭ ਗਲਤ ਕੰਮਾਂ ਨੂੰ ਨੱਥ ਪਾਉਣ ਵਾਸਤੇ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਪੁਖਤਾ ਕਦਮ ਚੁੱਕਣ ਦੇ ਡੀਸੀਜ਼ ਨੂੰ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ ਕਿ ਇਸ ਤਰੀਕੇ ਦੇ ਨਾਲ ਸੀਐਮ ਮਾਨ ਦੇ ਵੱਲੋਂ ਇਸ ਦੇ ਉੱਪਰ ਵੱਡੀ ਕਾਰਵਾਈ ਕਰੇ ਜਾਣ ਦੀ ਗੱਲ ਆਖੀ ਗਈ ਹੈ। ਇੱਕ ਵਾਰ ਇਸ ਵੀਡੀਓ ਦੇ ਉੱਤੇ ਝਾਤ ਜ਼ਰੂਰ ਮਾਰ ਲੈਣਾ। ਨਕਲੀ ਟਰੈਵਲ ਏਜੰਟਾਂ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ, ਉਹ ਤੇ ਅਸੀਂ ਡਿਸਕਸ ਕੀਤਾ ਹੈ। ਖਾਸ ਤੌਰ ਤੇ ਖਾੜੀ ਦੇ ਦੇਸ਼ਾਂ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਜਾਂ ਸਾਡੀਆਂ ਬਹੁਤ ਵਾਰੀ ਭੈਣਾਂ ਧੀਆਂ ਸਾਡੀਆਂ ਉੱਥੇ ਜਾ ਕੇ ਸਟੱਕ ਹੋ ਜਾਂਦੀਆਂ ਨੇ। ਮੈਂ ਬਤੌਰ ਮੈਂਬਰ ਪਾਰਲੀਮੈਂਟ ਵੀ ਬਹੁਤ ਸਾਰੇ ਲੋਕਾਂ ਨੂੰ ਬਾਹਰੋਂ ਜਿਹੜੇ ਸਟੱਕ ਹੋ ਗਏ ਜਾਂ ਏਜੰਟਾਂ ਦੇ ਧੋਖੇ ਦਾ ਜਾਂ ਉਹਨਾਂ ਦੇ ਜਿਹੜੇ ਸੁਪਨੇ ਦਿਖਾਏ ਹੋਏ ਸੀ ਉਹਦਾ ਸ਼ਿਕਾਰ ਹੋ ਗਏ, ਉਹਨਾਂ ਨੂੰ ਉੱਥੋਂ ਵਾਪਸ ਲੈ ਕੇ ਆਉਂਦੇ। ਸੋ ਅਸੀਂ ਇਹੀ ਡਿਸਕਸ ਕਰ ਰਹੇ ਸੀ ਕਿ ਇਹ ਅਵੇਅਰਨੈਸ ਅਸੀਂ ਲੈ ਕੇ ਆਈਏ ਲੋਕਾਂ 'ਚ ਕਿ ਇਹਨਾਂ ਮੁਲਕਾਂ 'ਚ ਨਾ ਜਾਓ ਕਿਉਂਕਿ ਉੱਥੇ ਸ਼ਰੀਅਤ ਦੇ ਕਾਨੂੰਨ ਨੇ ਬੜੀ ਮੁਸ਼ਕਲ ਹੋ ਜਾਂਦੀ ਹੈ। ਜਦੋਂ ਪਾਸਪੋਰਟ ਉਹ ਆਪਦੇ ਕੋਲ ਰੱਖ ਲੈਂਦੇ ਨੇ ਫਿਰ ਅੰਬੈਸੀ 'ਚ ਵੀ ਨਹੀਂ ਜਾਣ ਦਿੰਦੇ, ਉਹ ਆਪਣੇ ਕਮਰਿਆਂ 'ਚ ਬੰਦ ਕਰ ਲੈਂਦੇ ਨੇ, ਸਲੇਵ ਗੁਲਾਮ ਬਣਾ ਲੈਂਦੇ ਨੇ। ਪੰਜਾਬ ਦੇ ਵਿੱਚ ਹੀ ਰੋਜ਼ਗਾਰ ਪੈਦਾ ਹੋ ਰਹੇ ਨੇ, ਜਾਣ ਦੀ ਲੋੜ ਹੀ ਨਹੀਂ ਪਵੇ। ਸੋ ਇਸ ਕਰਕੇ ਉਹਦੇ ਬਾਰੇ ਵੀ ਅਸੀਂ ਜਿਹੜਾ ਡਿਸਕਸ ਕੀਤਾ ਹੈ। ਔਰ ਜਿਹੜੇ ਜਿਵੇਂ ਕੈਨੇਡਾ ਦੇ ਵਿੱਚ ਸਾਡੇ ਸਟੂਡੈਂਟ ਜਿਹੜੇ ਗਏ ਸੀਗੇ 700 ਤੋਂ ਉੱਪਰ ਸਟੂਡੈਂਟ ਜਿਨ੍ਹਾਂ ਦੇ ਦਸਤਾਵੇਜ਼ ਜਾਲੀ ਨਿਕਲੇ ਉਹ ਉੱਥੇ ਸਟੱਕ ਹੋ ਗਏ ਸੀ, ਤਾਂ ਕੈਨੇਡੀਅਨ ਅੰਬੈਸੀ ਨਾਲ ਵੀ ਇਨ ਟੱਚ ਹਾਂ ਅਤੇ ਜਿਹਨੇ ਜਿਹਨੇ ਵੀ ਉਹ ਇਸ ਤਰ੍ਹਾਂ ਦੇ ਜਿਹੜੇ ਜਾਲੀ ਦਸਤਾਵੇਜ਼ ਬਣਾ ਕੇ ਉਹਨਾਂ ਨੂੰ ਇੱਥੋਂ ਜਹਾਜ਼ ਚੜ੍ਹਾਤਾ ਅਤੇ ਉਹ ਆਪਣੇ ਕਿਸਮਤ 'ਤੇ ਛੱਡਤਾ, ਉਹਨਾਂ ਨੂੰ ਲਾਭਾਰ ਛੱਡਤਾ, ਉਹਨਾਂ ਏਜੰਟਾਂ ਦੇ ਵਿਰੁੱਧ ਵੀ ਸਖ਼ਤ ਕਾਰਵਾਈ ਹੋਊਗੀ ਤਾਂ ਕਿ ਭਵਿੱਖ ਦੇ ਵਿੱਚ ਵੀ ਕੋਈ ਜਿਹੜਾ ਟਰੈਵਲ ਏਜੰਟ ਇਸ ਤਰ੍ਹਾਂ ਕਿਸੇ ਪਰਿਵਾਰ ਦੇ ਦੀਆਂ ਭਾਵਨਾਵਾਂ ਜਾਂ ਉਹਦੇ ਭਵਿੱਖ ਦੇ ਨਾਲ ਨਾ ਖੇਡੇ। ਕੁਛ ਇਮੀਗ੍ਰੇਸ਼ਨ ਪੰਜਾਬ ਦਾ ਜਿਹੜਾ ਲਾਅ ਹੈ ਉਹਦੇ 'ਚ ਅਮੈਂਡਮੈਂਟ ਦੀ ਪ੍ਰਪੋਜ਼ਲ ਵੀ ਆਈ ਹੈ, ਉਹ ਵੀ ਕਰਾਂਗੇ ਤਾਂ ਕਿ ਸਾਡੇ ਪੰਜਾਬੀਆਂ ਨੂੰ ਦੁਨੀਆ 'ਚ ਜਿੱਥੇ ਮਰਜ਼ੀ ਜਾਣ ਜੇ ਪੜ੍ਹਨ ਜਾਂਦੇ ਨੇ ਜਾਂ ਤਰੱਕੀ ਲਈ ਜਾਂਦੇ ਨੇ ਫਿਰ ਕੋਈ ਪ੍ਰੋਬਲਮ ਨਹੀਂ, ਪਰ ਉੱਥੇ ਕੋਈ ਦਿੱਕਤ ਨਾ ਆਵੇ ਇਸ ਤਰ੍ਹਾਂ ਦੀ ਕਿ ਉਹ ਏਜੰਟ ਨੇ ਪੈਸੇ ਲੈ ਲਏ ਜੀ, ਕਾਲਜ ਠੀਕ ਨਹੀਂ ਹੈਗਾ ਜੀ, ਕਾਲਜ ਹੀ ਹੈ ਨਹੀਂ ਜੀ, ਉੱਥੇ ਯੂਨੀਵਰਸਿਟੀ ਹੈ ਨਹੀਂ, ਉਹ ਜਿਹੜੀ ਵੀ ਸਾਨੂੰ ਇੱਥੋਂ ਡਿਗਰੀ ਦੇਤੀ। ਕਾਲੇ ਇਲਮ ਤੇ ਰੂਹਾਨੀ ਇਲਮਾਂ ਦੇ ਮਾਹਿਰ ਬਾਬਾ ਆਲਮ ਸ਼ਾਹ ਜੀ, 5 ਮਿੰਟਾਂ ਦੇ ਵਿੱਚ ਕਾਲੇ ਇਲਮ ਦਾ ਸਮਾਧਾਨ ਗਰੰਟਿਡ ਕਰਵਾਓ, ਅਸੀਂ ਕਹਿੰਦੇ ਨੇ ਕਰਕੇ ਦਿਖਾਉਨੇ ਆ। 9876898 9625। ਸਮੱਸਿਆ ਜਿਵੇਂ ਲਵ ਮੈਰਿਜ, ਮਨਚਾਇਆ ਪਿਆਰ, ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਕਾਰੋਬਾਰ ਦਾ ਨਾ ਚੱਲਣਾ, ਗ੍ਰਹਿ ਕਲੇਸ਼, ਵਿਆਹ ਦੇ ਲਈ ਮਾਂ ਬਾਪ ਦੀ ਮਨਜ਼ੂਰੀ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਦੇ ਵਿੱਚ ਪੱਕਾ ਹੋਣਾ, ਕੋਰਟ ਕਚਹਿਰੀ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਵਾਲ ਪੁੱਛਣ ਦੀ ਕੋਈ ਫੀਸ ਨਹੀਂ, ਕਿਸੇ ਦੁਖੀ ਭੈਣ ਭਰਾ ਦਾ ਪਤੀ ਪ੍ਰੇਮੀ ਬੇਟਾ ਕਿਸੇ ਦੇ ਵਸ਼ ਵਿੱਚ ਹੈ ਤਾਂ ਤੁਰੰਤ ਸੰਪਰਕ ਕਰੋ, ਘਰ ਬੈਠੇ ਫੋਨ ਤੇ ਹਰ ਸਮੱਸਿਆ ਦਾ ਹੱਲ ਕਰਵਾਓ। ਪਤਾ ਲੁਧਿਆਣਾ, ਨੰਬਰ ਨੋਟ ਕਰੋ 9876898 9625।